ਬਜ਼ੁਰਗਾ ਦੀ ਇਗਨੇਰ ਨੈਸ਼ਨਲ ਐਥਲੈਟਿਕ ਮੀਟ ਮਲੇਸ਼ੀਆ ਵਿੱਚ ਕਰਵਾਈ ਗਈ ਜਿਸ ਵਿੱਚ ਜ਼ਿਲ੍ਹਾ ਸੰਗਰੂਰ ਦੇ ਆਮ ਆਦਮੀ ਦੇ ਜ਼ਿਲ੍ਹਾ ਪ੍ਰਧਾਨ ਤੋਂ ਇਲਾਵਾ ਸੰਗਰੂਰ ਦੇ ਦੋ ਹੋਰ ਲੋਕਾਂ ਨੇ ਮੈਡਲ ਜਿੱਤ ਸੰਗਰੂਰ ਦਾ ਨਾਮ ਰੋਸ਼ਨ ਕੀਤਾ ਇਹਨਾਂ ਲੋਕਾਂ ਦਾ ਮਲੇਸ਼ੀਆ ਤੋਂ ਧੂਰੀ ਪਹੁੰਚਣ ਤੇ ਧੂਰੀ ਦੇ ਰੇਲਵੇ ਸਟੇਸ਼ਨ ਤੇ ਭਵਯ ਸਵਾਗਤ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਡਿਸਟ੍ਰਿਕਟ ਪ੍ਰਧਾਨ ਰਾਜਬੰਸ ਸਿੰਘ ਜੀ ਕੁੱਲੀ ਜੋ ਕਿ ਏਸ਼ੀਅਨ ਵੈਟਰਨ ਗੇਮ ਦੇ ਵਿੱਚੋਂ ਦੋ ਸਿਲਵਰ ਮੈਡਲ ਜਿੱਤ ਕੇ ਆਏ ਨੇ ਉਹ ਹੁਣੇ ਹੁਣੇ ਰੇਲਵੇ ਸਟੇਸ਼ਨ ਧੂਰੀ ਦੇ ਪਹੁੰਚਣ ਨੇ ਹਲਕਾ ਧੂਰੀ ਦੇ ਸਮੂਹ ਵਲੰਟੀਅਰ ਅਤੇ ਮੇਰੇ ਵੱਲੋਂ ਉਹਨਾਂ ਸਵਾਗਤ ਕਰਨ ਦੇ ਲਈ ਸਾਡੀ ਪੂਰੀ ਟੀਮ ਤਿਆਰ ਆ ਅਸੀਂ ਉਹਨਾਂ ਸਵਾਗਤ ਕਰ ਰਹੇ ਹਾਂ ਕਿਉਂਕਿ ਉਹ ਇੱਕ ਵੈਟਰਨ ਬਜ਼ੁਰਗਾਂ ਦੀ ਦੌੜ ਜਿਹੜੀ ਹੈਗੀ ਆ ਖੇਡਾਂ ਨੇ ਉਹ ਜਿੱਤ ਕੇ ਆਏ ਨੇ ਅਤੇ ਬਹੁਤ ਹੀ ਮਾਣ ਵਾਲੀ ਗੱਲ ਆ ਆਮ ਆਦਮੀ ਪਾਰਟੀ ਦੇ ਉਹ ਪ੍ਰਧਾਨ ਬਣੇ ਨੇ ਉਹਨਾਂ ਪ੍ਰਧਾਨ ਬਣਨ 'ਤੇ ਬਹੁਤ ਬਹੁਤ ਮੁਬਾਰਕਾਂ ਅਤੇ ਅੱਜ ਉਹ ਗੇਮ ਜਿੱਤ ਕੇ ਆਉਂਦੇ ਬਹੁਤ ਬਹੁਤ ਮੁਬਾਰਕ ਅਸੀਂ ਮਲੇਸ਼ੀਆ ਵਿਖੇ ਇੰਟਰਨੈਸ਼ਨਲ ਜੋ ਐਥਲੈਟਿਕ ਮੀਟ ਹੋਈ ਸੀ 31ਵੀਂ ਮਾਸਟਰ ਓਪਨ ਇੰਟਰਨੈਸ਼ਨਲ ਐਥਲੈਟਿਕ ਮੀਟ ਜਿਹਦੇ ਵਿੱਚ ਆਲ ਇੰਡੀਆ ਵੱਲੋਂ ਅਸੀਂ ਭਾਗ ਲਿਆ ਸੀ ਜਿਹਦੇ ਵਿੱਚ ਮੈਂ ਦੋ ਸਿਲਵਰ ਮੈਡਲ ਮੇਰੇ ਸਾਥੀ ਨਾਲ ਗੁਰਦਾਸ ਸਿੰਘ ਜੀ ਨੇ ਇਹਨਾਂ ਨੇ 5 ਕਿਲੋਮੀਟਰ ਵਾਕ ਦੇ ਵਿੱਚੋਂ ਗੋਲਡ ਮੈਡਲ ਸਾਡੇ ਹਰਦੀਪ ਸਿੰਘ ਜੀ ਸਨਾਮ ਤੋਂ ਇਹਨਾਂ ਨੇ ਬਰੌਨ ਮੈਡਲ ਜਿੱਤਿਆ ਹਾਈ ਜੰਪ ਦੇ ਵਿੱਚ ਔਰ ਅਸੀਂ ਪੂਰਾ ਪੰਜਾਬ ਦਾ ਨਾਂ ਉੱਚਾ ਕੀਤਾ ਜਿੱਥੇ ਆਪਣੇ ਦੇਸ਼ ਦਾ ਨਾਂ ਉੱਚਾ ਕੀਤਾ ਉੱਥੇ ਪੰਜਾਬ ਦਾ ਨਾਂ ਉੱਚਾ ਕੀਤਾ ਧੂਰੀ ਤੋਂ ਦਵਿੰਦਰ ਖਿੱਪਲ ਦੀ ਰਿਪੋਰਟ ਚੈਨਲ 2